ਅਸਲੀ ਲੜਾਈ ਜਾਰੀ ਰਹੂਗੀ, ਸੱਚ ਲਈ ਹਮੇਸ਼ਾ ਲੜਦਾ ਰਹੂਗਾ। ਸੱਚ ਦੀ ਲੜਾਈ ਜਾਰੀ ਰਹੂਗੀ, ਸੱਚ ਦੀ ਹਮੇਸ਼ਾ ਲੜਦਾ ਰਹੂਗਾ। ਪੰਨਾ ਸਿੱਧੂ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ, ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ਲ ਰਿਮਾਂਡ ਮੰਗਿਆ, ਅਤੇ ਜੋ ਕਿ ਉਹਨੂੰ ਕੋਰਟ ਵੱਲੋਂ ਗ੍ਰਾਂਟ ਕੀਤਾ ਗਿਆ। 14 ਫਰਵਰੀ ਉਹਨਾਂ ਨੇ ਡੇਟ ਪਾਈ ਹੈ, 14 ਫਰਵਰੀ ਉਹਨਾਂ ਨੂੰ ਜੁਡੀਸ਼ਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ, ਅਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ। ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਸ ਦੇ ਅਕੋਰਡਿੰਗ ਹੋਏਗੀ। ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ। ਸਰ ਕੇਸ ਹੈ ਕੀ ਹੈ ਇਹਦੇ 'ਚ? ਕੇਸ ਦਰਅਸਲ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਜਿਹੜੇ ਮਾਰਦੇ ਨੇ, ਜਿਹੜੇ ਕੁਛ ਗਲਤ ਏਜੰਟ ਹੈਗੇ ਨੇ, ਗਲਤ ਕੰਮ ਕਰਦੇ ਨੇ, ਉਹਨਾਂ ਦੇ ਖਿਲਾਫ਼ ਇਹ ਲੜਾਈ ਲੜ ਰਿਹਾ ਸੀ। ਅਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਦਾ ਇਕੱਠ ਵੀ ਕਾਫ਼ੀ ਕੀਤਾ ਕਿ ਲੋਕ ਇਹਦੇ ਨਾਲ ਕਾਫ਼ੀ ਲੱਗੇ ਵੀ ਨੇ ਕਿ ਸਹੀ ਕੰਮ ਕਰ ਰਿਹਾ ਸੀ, ਪਰ ਕੁਛ ਕੁ ਜਿਹੜੇ ਗਲਤ ਬੰਦੇ ਨੇ ਇਸ ਲਾਈਨ ਦੇ ਵਿੱਚ, ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਛ ਗਲਤ ਬੰਦੇ, ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫਿਰ ਸਰਕਾਰ 'ਤੇ ਦਬਾਅ ਪਾਉਂਦੇ, ਇਹੋ ਜਿਹੇ ਬੰਦਿਆਂ ਦੇ ਖਿਲਾਫ਼ ਪਰਚਾ ਕਰੋ ਵੀ ਸਾਨੂੰ ਉਹ ਕਰ ਦੇਣ, ਜੋ ਕਿ ਸਰਾਸਰ ਝੂਠਾ ਪਰਚਾ ਹੈ। 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ, ਹੁਣ ਜਿਹੜੇ 3-4 ਪਰਚੇ ਪਏ ਨੇ, ਇਹ ਇਸੇ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ, ਅਤੇ ਜਿਹੜੇ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਛ ਗਲਤ ਬੰਦੇ ਕਰ ਰਹੇ ਕੰਮ, ਉਹਨਾਂ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਸਰਕਾਰ ਨੇ ਇਹਨਾਂ ਦਾ ਧੱਕਾ ਕੀਤਾ। ਸਰ ਜੋ ਕਿ ਸਰਾਸਰ ਝੂਠ ਬੋਲ, ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ? ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ, ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਜਿਹੜੇ ਉਹਨਾਂ ਦੇ ਓਨਰ ਹੈ, ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ।